ਭਾਈ ਨੇ ਪਾਈਆ ਗੋਸ਼ਤ ਲਿਆ ਉਹ ਕਹਿੰਦਾ ਬੋਟੀ ਕਿੱਡੀ ਕੁ ਰੱਖਣੀ ਕਹਿੰਦਾ ਏਡੀ ਏਡੀ ਰੱਖ ਦੇ ਉਹ ਪਾਈਆ ਗੋਸ਼ਤ ਓਏ ਭਾਈ ਤੁਹਾਨੂੰ ਕਿਸੇ ਨੇ ਭੇਜਿਆ ਸੀ ਹਾਂਜੀ ਆਹ ਭਾਈ ਦਾ ਮੂੰਹ ਵੇਖ ਲਓ ਲੱਕੜ ਦੇ ਹੱਥਾਂ ਨਾਲ ਅੱਗ ਸੇਕੀ ਹੁੰਦੀ ਇਹ ਭਾਈ ਦਾ ਵੀ ਸਿਰ ਦੇਖ ਲਓ ਜਿੱਦਾਂ ਹੈਲਮਟ ਤੇ ਪੱਗ ਕੀਤੀ ਹੁੰਦੀ ਸੂਤਰ ਮੰਡੀ ਜਾ ਕਹਿੰਦਾ ਇੱਕ ਮੰਗਲ ਸੂਤਰ ਦੇ ਦੋ ਉਹਨਾਂ ਨੇ ਕਿਹਾ ਅੱਜ ਐਤਵਾਰ ਆ ਹਾਂਜੀ ਅੱਜ ਛੁੱਟੀ ਆ ਕੱਲ ਨੂੰ ਪੈਣਾ ਮੇਰੇ ਕਜ਼ਨ ਨੇ ਅੱਛਾ ਜੀ ਇਹ ਮੇਰੇ ਕਜ਼ਨ ਨੇ ਗੁਜਰਾਂ ਲੋ ਆਏ ਨੇ ਇਹ ਕੀ ਕਰਨ ਆਏ ਜੀ ਇੱਥੇ ਇਹ ਰੋਟੀ ਖਾਣ ਉੱਥੇ ਨਹੀਂ ਲੱਭਦੀ ਨਹੀਂ ਸਰ ਮੈਂ ਬੁਲਾਇਆ ਇਹਨਾਂ ਨੂੰ ਜੀ ਉੱਥੇ ਖਾ ਗਏ ਸੀ ਆ ਕੇ ਫਿਰ ਖਾ ਰਹੇ ਪੈਣ ਉੱਥੋਂ ਖਾ ਕੇ ਆਏ ਨਾ ਇੱਥੇ ਮਾਰ ਖਾਣ ਆਏ ਜੀ ਨਹੀਂ ਨਹੀਂ ਸਰ ਨਹੀਂ ਆ ਪਤਾ ਕਿ 5 ਘੰਟੇ ਹੋ ਗਏ ਨੇ ਜ਼ਲੀਲ ਹੋ ਰਹੇ ਨੇ ਇਹਨਾਂ ਨੇ 5 ਸਾਲ ਜ਼ਲੀਲ ਹੋਣਾ ਆ ਭਾਈ ਪਾਨ ਖਾਂਦਾ ਹੀ ਸੌ ਗਿਆ ਇੱਕ ਬੰਦਾ ਕਹਿੰਦਾ ਲੱਗਦਾ ਇਹਨੇ ਜ਼ਬਾਨ ਵੱਢ ਲਈ ਇੱਕ ਦਰਬਾਰ ਤੇ ਗਿਆ ਉੱਥੇ ਕਵਾਲੀ ਲੱਗੀ ਸੀ ਜੋ ਕੁਛ ਚਾਹੀਦਾ ਹੀ ਲਾਇਆ ਤੇ ਗੱਲੇ ਨੂੰ ਰੱਸਾ ਪਾ ਖਿੱਚਣ ਦਿਆ ਖੁਸਰਾ ਹੁੰਦਾ ਸੀ ਫੌਜ ਚ ਲੱਗ ਗਿਆ ਤੇ ਇੱਕ ਫੌਜੀ ਵੱਲ ਨੂੰ ਗੰਨ ਕਰਕੇ ਕਹਿੰਦੇ ਆ ਮੈਨੂੰ ਪਿੱਛੋਂ ਜੱਫੀਆਂ ਪਾਉਣ ਯਾਰ ਤੁਹਾਡੇ ਕਜ਼ਨ ਨੂੰ ਜੁੱਤੀਆਂ ਪੈ ਗਈਆਂ ਜਨਾਜ਼ੇ ਤੋਂ ਉਹਨਾਂ ਨੂੰ ਕਹਿੰਦਾ ਥੱਲੇ ਰੱਖੋ ਮੈਨੂੰ ਮੂੰਹ ਦਿਖਾਓ ਮੂੰਹ ਦਿਖਾਓ ਉਹਨਾਂ ਨੇ ਦਿਖਾਇਆ ਕਹਿੰਦਾ ਚੁੱਕ ਲਓ ਮੈਂ ਕਿਹਾ ਪਤਾ ਨਹੀਂ ਕੋਈ ਬੁੱਢੀ ਮਰੀ ਆਹ ਭਾਈ ਵੀ ਇੱਕ ਜਗ੍ਹਾ ਤੇ ਜਨਾਜ਼ਾ ਜਾਂਦੇ ਆ ਆਹ ਭਾਈ ਆਹ ਭਾਈ ਆਹ ਭਾਈ ਭਾਈ ਉਹ ਭਾਈ ਆਹ ਭਾਈ ਇੱਕ ਜਗ੍ਹਾ ਤੇ ਜਨਾਜ਼ਾ ਜਾਂਦੇ ਆ ਭਾਈ ਕਹਿੰਦਾ ਰੋਕੋ 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 ਨਜ਼ਰ ਹੋਈ ਬੇਟੇ ਮੈਂ ਤੇਰਾ ਹੱਥ ਨੂੰ ਕੀਤਾ ਤੇਰੇ ਲੋ ਇਹ ਮੈਨੂੰ ਬਣਦੀ ਸੀ ਹਾਂਜੀ ਇੱਧਰ ਨਿਆਜ਼ ਹੋਈ ਚੱਲ ਚੱਲ ਆ ਭਾਈ ਇੱਕ ਜਗ੍ਹਾ ਤੇ ਜਨਾਜ਼ਾ ਜਾਂਦੇ ਉਹਨਾਂ ਨੂੰ ਕਹਿੰਦਾ ਰੋਕੋ 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 ਉਹਨਾਂ ਨੇ ਰੋਕਿਆ ਕਹਿੰਦਾ ਜੋ ਹੋਣਾ ਸੀ ਹੋ ਗਿਆ ਹੁਣ ਸਿਗਰਟ ਪੀ ਕੇ ਚੱਲਦੇ ਅੱਛਾ ਐ ਲੱਗਦਾ ਬਣ ਨਹੀਂ ਸੀ ਇੱਕਦਮ ਹੀ ਅੱਲਾ ਨੇ ਕਿਤੇ ਬਰਕਤ ਪਾਤੀ ਦੀ ਗੱਲ ਤੂੰ ਨੀ ਜੁਗਤ ਮਾਰਨੀ ਨਹੀਂ ਮੈਂ ਹੁਣ ਨਹੀਂ ਮਾਰਦੀ ਹਾਂ ਤੂੰ ਸਿਰਫ ਖਾ ਠੀਕ ਹੈ ਉਬਲੇ ਕਿੰਨੂ ਵਰਗਾ ਮੂੰਹ ਹੈ ਇਹਦਾ ਉਬਲੇ ਕਿੰਨੂ ਕਿੱਚੀ ਗਲੇਲ ਵਗਰਾ ਮੂੰਹ ਹੈ ਇਹਦਾ ਅੱਛਾ ਵਗਰਾ ਨਹੀਂ ਹੁੰਦਾ ਵਰਗਾ ਹੁੰਦਾ ਲੈ ਵਗਰਾ ਨਹੀਂ ਨਹੀਂ ਹੁਣ ਠਹਿਰੇ ਚਾਰਜ ਹੋਣਗੇ ਇਹਨਾਂ ਨੂੰ ਫਿਰ ਕੋਲਿਆਂ ਤੇ ਰੱਖ ਦੋ ਮਿੰਟ ਨਹੀਂ ਨਹੀਂ ਕੋਲਿਆਂ ਤੇ ਕਿਹੜਾ ਚਾਰਜ ਹੁੰਦਾ ਮੇਰੇ ਨਹੀਂ ਕੀ ਹੋ ਗਿਆ ਤੈਨੂੰ ਉਹਨੂੰ ਕਹਿੰਦਾ ਇਹਨਾਂ ਨੂੰ ਚਾਰਜਿੰਗ ਤੇ ਲਾ ਦੋ ਮਿੰਟ ਇਹ ਗੱਲ ਬਣਦੀ ਇਹਨਾਂ ਨੂੰ ਵੇਚ ਦੇ ਉਹ ਖਾਨੂਆਂ ਨੇ ਜਾ ਕੇ ਅੱਛਾ ਤੂੰ ਤੂੰ ਕਿੱਧਰੋਂ ਆਇਆ ਇੱਕਦਮ ਮੈਂ ਕਿੱਧਰੋਂ ਆਇਆ ਮਰੋ ਮੈਂ ਤੁਹਾਨੂੰ ਟਾਈਮ ਦੇ ਰਿਹਾ ਸੋਚ ਲਓ ਏਦਾਂ ਲੱਗਦਾ ਝਾੜੂ ਨਾਲ ਗੇਡ ਕੱਢੀ ਇੱਧਰ ਵੇਖ ਲਓ ਏਦਾਂ ਲੱਗਦਾ ਝਾੜੂ ਨਾਲ ਨੀਅਤ ਸਾਫ਼ ਕੀਤੀ ਬੜੀਆਂ ਮੀਟਰ ਦੀ ਹੈਂਡ ਫ੍ਰੀ ਹੁੰਦੀ ਉਹ ਬਿਜਲੀ ਵਾਲੇ ਮੀਟਰ ਦੀ ਓਏ ਹੋਏ ਹੋਏ ਅੱਛਾ ਗੱਲ ਕਰਨ ਲੱਗੇ ਸੀ ਦਿਆ ਜੀ ਹਾਂਜੀ ਦੇਖਿਆ ਨਾ ਫਿਰ ਆ ਭਾਈ ਨੇ ਕੁੱਤਾ ਰੱਖ ਲਿਆ ਤੇ ਕੁੱਤਾ ਇਹਨੂੰ ਕਹਿਣ ਦਿਆ ਸਾਜੀ ਮੈਨੂੰ ਕੁਛ ਪਾਣਾ ਨੀ ਕੰਮ ਤੇ ਲਵਾ ਦੋ ਮੈਨੂੰ ਸਰ ਲਵਾਤਾ ਮੈਨੂੰ ਲਵਾਤਾ ਫਿਰ ਕੰਮ ਤੇ ਹੁਣ ਮਾਸ਼ਾਅੱਲਾ ਓਏ ਓਏ ਬਰਗਰ ਲੈਣ ਗਿਆ ਭੁੱਲ ਗਿਆ ਕਿ ਬਰਗਰ ਲੈਣ ਜਾਣਾ ਹੁਣ ਕਹਿੰਦਾ ਮਾਫੀ ਦੇ ਦੋ ਸਿੰਗਲ ਸ਼ਾਮੀ ਲਾ ਕੇ ਮਾਫੀ ਦੇ ਦਿਓ ਓਏ 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 ਯਾਰ ਜਦੋਂ ਤੈਨੂੰ ਪਤਾ ਵਾ ਵੀ ਇੱਕ ਗੱਡਰ ਚੋਂ ਨਿਕਲ ਗਿਆ ਜਦੋਂ ਤੈਨੂੰ ਪਤਾ ਵੀ ਤੈਨੂੰ ਨਹੀਂ ਪਤਾ ਤੇ ਫਿਰ ਤੂੰ ਕਿਉਂ ਇੱਕ ਗੱਡਰ ਚੋਂ ਨਿਕਲ ਕੇ ਦੂਜੇ ਗੱਡਰ ਚ ਵੜ ਕੇ ਕਹਿੰਦਾ ਮੇਰੀ ਐਕਸਚੇਂਜ ਪਾ ਪਰੇ ਹੋ ਜਾਓ ਇਹਨਾਂ ਨੇ ਜਿੰਨੀਆਂ ਗੱਲਾਂ ਕੀਤੀਆਂ ਮੈਂ ਪਹਿਲੇ ਸੁਣੀਆਂ ਸੀ ਕਿਸੇ ਨੇ
ਤੇ ਤੁਸੀਂ ਦੋਵੇਂ ਐਸੇ ਨਹਾਇਤ ਕੱਖ ਨਹੀਂ। ਆ ਮਸੀਤਾ ਚੱਲਾ ਤੇ ਡਰ ਪੈ ਗਿਆ ਜੁੱਤੀ ਨਾ ਚੁੱਕੀ ਜਾਵੇ ਤੇ ਬਾਹਾਂ ਚ ਪਾ ਕੇ ਨਮਾਜ਼ ਪੜ੍ਹਨ ਦੇ। ਅੱਛਾ ਇੱਥੇ ਪਾਈ ਵਾਹ 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 ਯਾਰ। ਹਾਂਜੀ ਹੋਰ ਢੋਲਕੀ ਨੂੰ ਟੂਟੀ ਲਾਈ ਹੁੰਦੀ ਓਏ ਤਬਲਾ ਵਜਾਉਂਦਾ ਸੀ ਤੇ ਕੰਮ ਮੱਠਾ ਪੈ ਗਿਆ ਤੇ ਉਹਨੂੰ ਉੱਤੋਂ ਖਾਲੀ ਕਰਕੇ ਉਹ ਦਾਲ ਚੌਲ ਲਾ ਲੇ। ਇਹਦਾ ਵੱਡਾ ਭਰਾ ਵਾਜਾ ਵੀ ਆਉਂਦਾ ਸੀ ਤੇ ਵਾਜੇ ਦੇ ਵਿੱਚ ਉਹਦੇ ਹੱਥ ਪਾ ਕੇ ਉਹਨੂੰ ਕਹਿੰਦਾ ਹੁੰਦਾ ਸੀ ਵਾਹ ਵਾਹ। ਅਰੇ ਇੱਧਰ ਕੈਮਰੇ ਲੱਗੇ ਤੇਰੀ ਵਾਹ ਵਾਹ ਉੱਧਰ ਚਲੀ ਗਈ ਇੱਧਰ ਨੂੰ ਕਰ। ਹਾਂਜੀ ਵਾਜੇ ਦਾ ਕੰਮ ਸ਼ੁਰੂ ਕੀਤਾ ਇੱਕ ਬੋਲਿਆਂ ਦਾ ਫੰਕਸ਼ਨ ਫੜ ਲਿਆ ਇਹਨੇ ਉੱਥੇ ਜਾ ਕੇ ਵਜਾਈ ਜਾ ਰਹੇ ਅੱਖਾਂ ਬਾਹਰ ਹੋਣ ਵਾਲੀਆਂ ਹੋ ਗਈਆਂ ਤੇ ਉਹਨਾਂ ਦਾ ਇੱਕ ਸਿਆਣਾ ਜਿਹਾ ਬੰਦਾ ਆ ਕੇ ਕਹਿੰਦਾ ਚਲੋ ਯਾਰ ਕਰੋ ਸ਼ੁਰੂ। ਵਾਜਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਇੱਕ ਜਗ੍ਹਾ ਤੇ ਵਾਜੇ ਵੀ ਆਣਗੇ ਉਹ ਕਹਿੰਦੇ ਵਜਾਓ ਤੇ ਉਹਨਾਂ ਦੇ ਸਿਰਾਂ 'ਚ ਵੀ ਆਉਣ ਲੱਗ ਪਏ। ਇਹਨੇ ਵਾਜਿਆਂ ਦਾ ਕੰਮ ਸ਼ੁਰੂ ਕੀਤਾ ਇੱਕ ਫੰਕਸ਼ਨ ਵਜਾਇਆ ਉਹਨਾਂ ਨੇ ਰੋਟੀ ਨਹੀਂ ਖਾਧੀ ਤੇ ਆਉਣ ਲੱਗਾ ਵੱਡਾ ਵਾਜਾ ਚੌਲਾਂ ਦਾ ਭਰ ਲਿਆ ਦੇਖ ਚ। ਜੇ ਇਸ ਜੱਜ ਨੇ ਇਹਦੇ ਅੱਬੂ ਨੂੰ ਫਾਂਸੀ ਦੀ ਸਜ਼ਾ ਦਿੱਤੀ ਬਾਹਰ ਨਿਕਲ ਕੇ ਉਹਦੇ ਨਾਲ ਇੰਜ ਤਸਵੀਰਾਂ ਖਿਚਾਉਣ ਦੀ। ਥੈਂਕ ਯੂ ਜੱਜ ਸਾਹਿਬ। ਨਿਕੇ ਜਿਹਾ ਕੇਸ ਚੰਦਰ ਹੋ ਗਿਆ ਤੇ ਸਵੇਰੇ ਮੁੱਠੀ ਆਣ ਕਹਿੰਦਾ ਕੀ ਨਾਮ ਆ ਤੇਰਾ ਤੇ ਉੱਠ ਕੇ ਕਹਿੰਦੇ ਆ ਮੈਂ ਹੂੰ ਖੰਨਾ ਯਾਰ। ਨਿਕੇ ਜਿਹਾ ਕੇਸ ਨਿਕੇ ਜਿਹਾ ਕੇਸ ਮਤਲਬ ਐਵੀਂ ਗੱਡੀ ਦੀ ਕਾਪੀ ਨਸੀ ਹੈ ਮੈਂ ਹੂੰ ਖੰਨਾ ਯਾਰ। ਡਾਕਟਰ ਕੋ ਗਿਆ ਨਾ ਜਾ ਕੇ ਕਹਿੰਦਾ ਮੈਨੂੰ ਚੈੱਕ ਕਰਨ ਗਿਆ ਤੂੰ ਆਪਣੀ ECG ਕਰਾ ਤੇ ਉੱਥੇ ਜਾ ਕੇ ਕਹਿੰਦਾ CNG ਕਰ ਦਿਓ ਜੀ। ਡਾਕਟਰ ਦੀ ਦੁਕਾਨ ਅੱਗੋਂ ਲੰਘਣ ਦਿਆ ਕਹਿੰਦਾ ਆਇਆ ਦਵਾਈ ਲੈ ਲਾ ਨਾ ਪੈਸੇ ਦੇ ਭਲਾ। ਯਾਰ ਇਹਦੀ ਜੁਗਤ ਦਾ ਨਾ ਇੱਕ ਟੇਸਟ ਬੜਾ ਮਜ਼ੇਦਾਰ ਆ। ਆ ਯਾਰ ਰਹਿੰਦੇ ਨਾ ਪੈਸੇ ਦੀ ਦਵਾਈ ਤੇ ਲੈ ਲਾ ਯਾਰ ਰੋਜ਼ ਮਰੇ ਤੂੰ ਇੱਦਾਂ ਲੰਘਦਾ ਇੱਥੋਂ। ਇਹ ਵੀ ਹਸਪਤਾਲ ਆਪਣੇ ਇੱਕ ਮਰੀਜ਼ ਨੂੰ ਮਿਲਣ ਗਿਆ ਉਹਨੇ ਦੇਖਿਆ ਇੰਨਾ ਕੌਣ ਆ ਕੌਣ ਆ ਇੱਕ ਹਸਪਤਾਲ ਮਰੀਜ਼ ਦਾ ਪਤਾ ਕਰਨ ਗਿਆ ਉਹਨੇ ਆਪਣੀ ਬੋਤਲ ਪੁੱਟ ਕੇ ਇਹਨੂੰ ਲਾਤੀ ਕਹਿੰਦਾ ਤੈਨੂੰ ਬਹੁਤੀ ਲੋੜ ਮੋਟਾ ਭਾਈ ਘਰ ਇਕੱਲਾ ਬੋਰ ਹੋਣ ਦਿਆ ਤੇ ਫੇਰ ਮੈਂ ਪੱਖਾ ਕਰਕੇ ਉਹਦੇ ਅੱਗੇ ਅੱਗੇ ਮੇਰਾ ਦਿਲ ਲੱਗਾ। ਹਾਂ ਭਾਈ ਕਹਿੰਦਾ ਆ ਤੈਨੂੰ ਮੈਂ ਇੱਕ ਆਈਟਮ ਦਿਖਾਵਾਂ ਆਪਣੀ ਛੱਤ ਤੇ ਚਲੇ ਗਿਆ ਉੱਥੋਂ ਥੁੱਕ ਸੁੱਟ ਕੇ ਕਹਿੰਦਾ ਦੇਖੀ ਅੱਬੂ ਦੀ ਅੱਖ 'ਚ ਜਾਣਾ। ਯਾਰ ਯਾਰ ਇਹ ਗਾਂ ਤੇ ਕਰੀ ਆ ਜਾਤੀ ਹੈ ਯਾਰ ਬਰੇ 3D ਆ ਕਜ਼ਨ ਤੁਹਾਡਾ ਆਇਆ ਗੁਜਰਾਂਵਾਲੇ ਦੀ ਗੁਮਟੀ ਨੂੰ ਲੈ ਆਇਓ। ਨਹੀਂ ਨਹੀਂ ਗੁਜਰਾਂਵਾਲੇ ਦਾ ਯਾਰ ਬੜਾ ਅੱਛਾ ਪ੍ਰਵਾਨ ਆ ਗੁਜਰਾਂਵਾਲੇ ਦੇ ਹੀ ਲੱਗਣ ਦੇ ਭਾਈ ਇਹ ਸਾਇਜ਼ ਹੀ ਉੱਥੇ ਦਾ ਖਲੋਤੇ ਬੈੱਡ ਵਗੈਰਾ ਮੂੰਹ ਆ ਭਾਈ ਖਲੋਤੇ ਬੈੱਡ ਵਰਗਾ ਅੱਛਾ ਵਰਗਾ ਨਹੀਂ ਕਹਿੰਦਾ ਕਹਿੰਦਾ ਵਗਰਾ ਗੁਜਰਾਂ ਬਹੁਤ ਬਹੁਤ ਸ਼ੁਕਰੀਆ। ਪਤਾ ਕੀ ਹੁੰਦਾ ਕਿ ਜਿੰਨਾ ਮਰਜ਼ੀ ਬੰਦਾ ਅੱਛਾ ਹੋਵੇ ਇੱਕ ਟਾਈਮ ਹੁੰਦਾ ਕਿ ਉਹਦਾ ਉਹ ਇੱਕ ਮੈਮਰੀ ਹੁੰਦੀ ਨਾ ਉਹਦੇ ਲਈ ਲੂਜ਼ ਹੋ ਹੀ ਜਾਂਦੀ ਭਾਵੇਂ ਜਿੱਡਾ ਮਰਜ਼ੀ ਵੱਡਾ ਆਰਟਿਸਟ ਹੋਵੇ ਸਮਝ ਆ ਰਹੀ ਤੇ ਉਹ ਕੋਈ ਹੈ ਨਹੀਂ। ਤੁਸੀਂ ਦੋਵਾਂ ਨੇ ਬਹੁਤ ਅੱਛਾ ਕੰਮ ਕੀਤਾ ਬੜਾ ਸੋਹਣਾ ਇੰਟਰਟੇਨਮੈਂਟ ਕੀਤਾ ਕਲੈਪ ਇਹਨਾਂ ਵਾਸਤੇ ਬੰਦ ਹੀ ਨਾ ਦੋਵਾਂ ਸੇ ਬਹੁਤ ਅੱਛਾ ਔਰ ਇਸ ਭਾਈ ਵਾਸਤੇ ਸਪੈਸ਼ਲ ਕਲੈਪ ਕਰੋ। ਇਹ ਇੱਕ ਮਟੀਰੀਅਲ ਸਾਬਤ ਹੋਇਆ ਇਸ ਟਾਈਮ ਸਾਡੇ ਲਈ ਬਹੁਤ ਅੱਛਾ। ਤੁਸੀਂ ਬੜੇ ਟਾਈਮ ਸਿਰ ਆਏ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਆਉਣਾ ਅਤੇ ਕੋਈ ਇਹਨਾਂ ਦਾ ਥੋੜ੍ਹਾ ਜਿਹਾ ਦਿਮਾਗ ਠੀਕ ਹੋਣਾ। ਸਰ ਬਹੁਤ ਸ਼ੁਕਰੀਆ ਭਾਈ ਨੇ ਹੁਣ ਤੁਹਾਨੂੰ ਰੋਟੀ ਉਹ ਚਲੇ ਗਏ ਨੇ ਭਾਜੀ ਸਾਹਿਬ ਮੈਂ ਤਾਂ ਰੋਟੀ ਖਵਾ ਕੇ ਪਾਵਾਂਗਾ। ਚਲੋ ਠੀਕ ਆ ਉਹ ਫਿਰ ਚਲੀਏ ਤੁਹਾਨੂੰ ਰੋਟੀ ਤੋਂ ਬਗੈਰ ਮੈਂ ਜਾਣ ਦਿੰਦਾ। ਚਲੋ ਠੀਕ ਹੈ ਜੀ ਅੱਲਾ ਮਾਫੀ ਦੇਵੇ ਤਾਂ ਆ ਭਾਜੀ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਹੁਣ ਵਾਪਸ ਜਾਣਾ 122 'ਚ ਅੱਲਾ ਖੈਰ ਕਰ ਮੈਂ ਤਾਂ ਕਹਿੰਦਾ 302 'ਚ ਜਾਓ। ਨਹੀਂ 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 ਇਹਨੇ ਤੁਹਾਡੇ ਉੱਤੇ ਪੈਰ ਰੱਖਣਾ ਤੁਸੀਂ ਆਓ ਸਰ ਆਓ ਧਿਆਨ ਨਾ ਮਤਲਬ ਗਮਲੇ ਗਮਲੇ ਨਾ ਮੈਂ ਇੱਦਾਂ ਹੀ
पाकिस्तान का सबसे शरारती मेजबान सिटी 24 में जुमा और जुमेरात की शब 7:03 पर।